ਪਾਰਟੀ ਵੱਲੋਂ ਕੱਲ ਜਿਹੜਾ ਸੰਗ ਅਗੂ ਦੇ ਉੱਪਰ ਜਲੰਧਰ ਦੇ ਵਿੱਚ ਹਮਲਾ ਕੀਤਾ ਗਿਆ ਜਾਨਲੇਵਾ ਹਮਲਾ ਅਜੇ ਵੀ ਉਹਦੀ ਹਾਲਤ ਬੜੀ ਕ੍ਰਿਟੀਕਲ ਹੈ ਇਸ ਦੀ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕਰਦਾ ਭਾਰਤੀ ਗਵਰਨਸ ਪਾਰਟੀ ਬੜੇ ਲੰਬੇ ਸਮੇਂ ਤੋਂ ਜ਼ੋਰ-ਜ਼ੋਰ ਦੇ ਕੇ ਕਹਿ ਰਹੀ ਹੈ ਕਿ ਪੰਜਾਬ ਦੇ ਵਿੱਚ ਲਾਅਂਡਾ ਡਰਨਾ ਦੀ ਕੋਈ ਚੀਜ਼ ਨਹੀਂ ਪੰਜਾਬ ਦੇ ਵਿੱਚ ਪੁਲਿਸ ਦਾ ਪੂਰੀ ਤਰ੍ਹਾਂ ਸਿਆਸੀਕਰਨ ਹੋ ਗਿਆ ਪੁਲਿਸ ਵੀਆਈਪੀ ਦੀ ਰਾਖੀ ਕਰਨ ਜੋਗਰੀ ਹੋ ਗਈ ਹੈ ਜਥੇਦਾਰ ਥਾਣਿਆਂ 'ਚ ਰਾਜ ਕਰ ਰਹੇ ਹੈ ਜਥੇਦਾਰੀ ਐਸਐਸਪੀ ਬਣੇ ਹੋਏ ਹੈ ਗੁੰਡਾ ਗਰੋ ਜਿਹੜੇ ਆ ਦੰਦਨੋਂ ਦੇ ਤੁਰੇ ਫਿਰਦੇ ਐ ਗੈਂਗਸਟਰ ਜਿਹੜੀ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਬੇਖੌਫ ਹੋ ਕੇ ਘੁੰਮ ਰਹੇ ਐ ਸੋ ਸਾਡੀ ਇਸ ਭਵਿੱਖ ਬਾਣੀ ਦੀ ਕੱਲ ਦਾ ਹੰਮਲ ਪ੍ਰਬੰਧ ਦੀ ਕੀ ਜ਼ਰੂਰਤ ਐ ਕਿ ਜੇ ਅਕਾਲੀ ਭਾਜਪੀ ਸਰਕਾਰ ਦੂਜੇ ਲੋਕਾਂ ਦੀ ਤੇ ਦੂਜੀਆਂ ਪੋਲੀਟਿਕਲ ਪਾਰਟੀਆਂ ਦੇ ਆਗੂਆਂ ਦੀ ਜਾਨ ਮਾਲ ਦੀ ਰਾਖੀ ਕੀ ਕਰੂਗੀ ਕਿ ਜੇ ਆਪਦੇ ਆਗੂਆਂ ਨੂੰ ਹੀ ਨਹੀਂ ਬਚਾ ਸਕਦੀ ਤੇ ਉਹ ਉਹੀ ਇਸੇ ਰਾਜ ਦੇ ਵਿੱਚ ਜੇ ਆਪਣਾ ਸੇਫ ਨਹੀਂ ਤਾਂ ਆਮ ਸਧਾਰਨ ਜਿਹੜੇ ਲੋਕ ਆ ਉਹ ਕਿਸ ਤਰ੍ਹਾਂ ਮਤਲਬ ਸੇਫ ਹੋਣਗੇ ਇਸ ਕਰਕੇ ਬੜਾ ਕੰਡੈਮਨੇਬਲ ਜਿਹੜਾ ਅਟੈਕ ਕੀਤਾ ਗਿਆ ਐ ਔਰ ਮੈਂ ਇਸ ਗਲਤੀ ਮੰਗ ਵੀ ਕਰਦਾ ਕਿ ਫੌਰੀ ਤੌਰ ਤੇ ਜਿਹੜਾ ਸੈੱਟ ਬਣਾ ਕੇ ਦੀ ਸਪੈਸ਼ਲ ਇਨਵੈਸਟੀਗੇਟਰ ਟੀਮ ਇਹ ਅਸਲ ਮਾਮਲੇ ਨੂੰ ਖੋਡੇ ਲੈਣਾ ਉਨਾ ਦਾ ਕਿੰਨੀਆਂ ਵੀ ਪਿਛੇ ਐਸਡੀ ਮੇਰੇ ਖਿਆਲ 13 14 ਬਣਾਈਆਂ ਅੱਜ ਤੱਕ ਕਿਸੇ ਨੇ ਵੀ ਕੋਈ ਫਰੂਟਫੁੱਲ ਜਿਹੜੇ ਰਿਜ਼ਲਟਸ ਨਹੀਂ ਕੱਢੇ ਸਰਕਾਰ ਨੂੰ ਆਪਣੀ ਕਮਜ਼ੋਰੀ ਮੰਨ ਕੇ ਬੜਾ ਸੀਰੀਅਸਲੀ ਜਿਹੜੇ ਕਾਰਪੋਰੇਟਸ ਨੇ ਉਹ ਲੱਭੇ ਜਾਣੇ ਚਾਹੀਦੇ ਐ ਔਰ ਇਹ ਮੈਨੂੰ ਤੇ ਲੱਗਦਾ ਕਿ ਪੰਜਾਬ ਦੇ ਅਮਨ ਨੂੰ ਫੇਰ ਜ਼ਿਆਦਾ ਅੱਗ ਲਾਉਣ ਵਾਸਤੇ ਇੱਕ ਬੜੀ ਗੰਭੀਰ ਸਾਜ਼ਿਸ਼ ਦਾ ਇਹ ਹਿੱਸਾ ਐ ਇਟਸਪੋਜ ਹੁਣ ਦੇਖਵਾ ਨਹੀਂ ਕਰਦਾ ਵੀ ਕੀ ਹੋਏਗਾ ਰੀਜਨ ਤਾਂ ਚਲੋ ਜਦ ਪਰ ਮੈਂ ਇੱਕ ਗੱਲ ਦੀ ਜ਼ੋਰਦਾਰ ਤਰੀਕੇ ਨਾਲ ਕਹਿ ਸਕਦਾ ਕਿ ਸੁਖਵੀਰ ਬਾਦਲ ਨੂੰ ਮੋਰਲਲੀ ਘਟੋ ਘਾਟਾ ਵੀ ਚਲੋ ਬਾਕੀ ਤਾਂ ਉਹਦਾ ਮੋਰਲਲੀ ਕਦੇ ਜਿਹੜਾ ਆਤਮਾ ਨਹੀਂ ਜਾਗੀ ਪਰ ਘਟੋ ਘੱਟ ਜਦੋਂ ਦੀ ਭਾਈਵਾਲ ਪਾਰਟੀ ਦੇ ਇੱਕ ਟਾਪ ਮੋਸਟ ਲੀਡਰ ਦੇ ਉੱਪਰ ਹਮਲਾ ਹੋ ਗਿਆ ਇਹਦੀ اخਲਾਕੀ ਜ਼ਿੰਮੇਵਾਰੀ ਲੈਂਦੇ ਹੋਏ ਸੁਖਵੀਰ ਬਾਦਲ ਨੂੰ ਤਾਂ ਜਿਹੜਾ ਅਸਤੀਫਾ ਦੇ ਦੇਣਾ ਚਾਹੀਦਾ اخਲਾਕੀ ਤੌਰ 'ਤੇ